ਗੁਰਜੀਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਿੰਦਰ ਸਿੰਘ ਸੰਘੇੜਾ ਸੋ ਜੀ ਆਨੂ ਜੀ ਤੁਹਾਨੂੰ ਜਿੱਥੇ-ਜਿੱਥੇ ਵੀ ਤੁਸੀਂ ਪ੍ਰੋਗਰਾਮ ਸੁਣਨੇ ਜਾ ਰਹੇ ਹੋ ਇਹ ਹੈ ਰੇਡੀਓ ਪੰਜਾਬ ਏ ਐਮ 890 ਕੇਟੀਐਕਸ ਵੀ ਡਾਲਾਸ ਫੋਰਥਵਰਥ ਟੈਕਸਸ ਅੱਜ ਹੈ 19 ਬਸਾਖ ਸੰਮਤ 555 ਸ਼ੁੱਕਰਵਾਰ ਦਾ ਦਿਨ 12 ਮਈ 2023 ਸੋ 21 ਦਿਨ ਰਹਿ ਗਿਆ ਜਿੱਦਣ ਆਪਣੇ ਸ਼ਹਿਰ ਦੇ ਵਿੱਚ ਬਸਾਖੀ ਮੇਲਾ ਹੋਣ ਜਾ ਰਿਹਾ ਜੀ ਸੋ ਉਸ ਦਿ ਅੱਜ ਆਪਾਂ ਗੱਲਬਾਤ ਕਰਾਂਗੇ ਆਓ ਅੱਜ ਦਾ ਹੁਕਮ ਨਮਨ ਸਾਹਿਬ ਸਰਵੰਤ ਕਰਦੇ ਯਾਦ ਰੱਖਣਾ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਜੀ ਬੰਬੇ ਸਵੀਟ ਐਂਡ 스ਨੈਕਸ ਅਰਵਿੰਗ ਟੈਕਸਸ ਦੇ ਵਿੱਚ ਜੇ ਕੋਈ ਵੀ ਕੇਟਰਿੰਗ ਕਰਾਣੀ ਹੋਵੇ ਜਾਂ ਤੁਸੀਂ ਕੋਈ ਵੀ ਮਠਿਆਈ ਲੈਣੀ ਹੋਵੇ ਤੇ ਜਰੂਰ ਯਾਦ ਰੱਖਿਓ ਬੰਬੇ ਸਵੀਟ ਐਂਡ 스ਨੈਕਸ ਫੋਨ ਨੰਬਰ 214 441 2125 ਅਰਵਿੰਗ ਟੈਕਸਸ ਦੇ ਵਿੱਚ ਆਓ ਅੱਜ ਦਾ ਹੁਕਮ ਨਮਨ ਸਾਹਿਬ ਸਰਵੰਤ ਕਰਦੇ ਓਨ ਅ ਬੋਕਸ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਿੰਦਰ ਸਿੰਘ ਸੰਘੇੜਾ ਇਹ ਹੈ ਰੇਡੀਓ ਪੰਜਾਬ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਜਿਸ ਦੇ ਰਹੀਂ ਤੁਸੀਂ ਸਾਡੇ ਨਾਲ رابطہ ਕਾਇਮ ਹੁੰਦਾ ਹੈ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਪਲਾਮੇਤਾ ਨੂੰ ਜਾਣਦਾ ਨਹੀਂ ਪਰ ਮੈਨੂੰ ਇਹ ਤਾਂ ਪਤਾ ਹੈ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਉਸ ਕੋਨਰ ਦੇ ਵਿੱਚ ਜਾਂ ਉਸ ਕਿਸੇ ਕਾਰ ਦੇ ਵਿੱਚ ਜਾਂ ਕਿਸੇ ਇੱਕ ਫੋਨ ਦੇ ਉੱਤੇ ਸਾਡੀ ਕੋਈ ਆਵਾਜ਼ ਸੁਣਦਾ ਹੋਊਗਾ ਜਿੜੀ ਸਾਡੀ ਆਵਾਜ਼ ਦੇ ਨਾਲ ਕਿਸੇ ਨੂੰ ਕੋਈ ਨਾ ਕੋਈ ਤਾਂ ਹੋਪ ਮਿਲਦਈ ਹੋਊਗਾ ਹੋਪ ਦੇ ਉੱਤੇ ਹੀ ਜ਼ਿੰਦਗੀ ਕਾਇਮ ਐ ਸੋ ਹੋਪ ਦੇ ਨਾਲ ਅਸੀਂ ਕਿੰਨੀਆਂ ਉਮੀਦਾਂ ਜਿਹੜੀਆਂ ਸਾਡੀਆਂ ਆ ਮੰਗਾ ਹੁੰਦੀਆਂ ਸਾਡੀਆਂ ਉਮੀਦਾਂ ਉਹਨਾਂ ਦੇ ਨਾਲ ਅਸੀਂ ਹਰ ਰੋਜ਼ ਉੱਠਦੇ ਹਾਂ ਭਾ ਕਿੰਨੀ ਸਾਨੂੰ ਪਰੇਸ਼ਾਨੀ ਹੋਵੇ ਪਰ ਉਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਅਸੀਂ ਉਹ ਜਿਹੜਾ ਅੰਦਰ ਸਾਡੇ ਹੋਪ ਆ ਉਹ ਸਾਨੂੰ ਹੋਰ ਸ਼ਕਤੀ ਦਿੰਦਾ ਹੈ ਅਸੀਂ ਉਹ ਸ਼ਕਤੀ ਦੇ ਕਾਰਨ ਹੀ ਭੱਜੇ ਦੌੜੇ ਫਿਰਦੇ ਆ ਉਹ ਸ਼ਕਤੀ ਨੂੰ ਕਹਿੰਦੇ ਆ ਗੁਰੂ ਮਹਾਰਾਜ ਜੀ ਦੀ ਉਹ ਦਿੱਤੀ ਉਹ ਠਾਸਰਾ ਜਿਹੜਾ ਤੁਹਾਨੂੰ ਹਰ ਟਾਈਮ ਜਿਹੜੇ ਤੁਹਾਡੇ ਅੰਦਰ ਜੋਤ ਜਗਦੀ ਉਸ ਗੁਰੂ ਮਹਾਰਾਜ ਜੀ ਦੀ ਹੈ ਸੋ ਜਿੰਨੇ ਤੱਕ ਤੁਹਾਡੇ ਅੰਦਰ ਜੋਤ ਜਗਦੀ ਹੈ ਉਹਨੇ ਤੱਕ ਤੁਹਾਨੂੰ ਕੋਈ ਵੀ ਦੁਨੀਆ ਦਾ ਬੰਦਾ ਥੱਲੇ ਨਹੀਂ ਲਾ ਸਕਦਾ ਕਿੰਨੀ ਦੁਨੀਆ ਕੋਸ਼ਿਸ਼ ਕਰ ਲਵੇ ਕੋਈ ਇਨਸਾਨ ਕੋਸ਼ਿਸ਼ ਕਰ ਲਵੇ ਵੀ ਮੈਂ ਕਿਸੇ ਬੰਦੇ ਨੂੰ ਖੁੰਝੇ ਲਾ ਦਵਾਂ ਜਾਂ ਇਹਦੀ ਮੈਂ ਰੋਟੀ ਖੋਲਮਾਂ ਜਾਂ ਜੋ ਵੀ ਕੁਝ ਕਰਦਾ ਹੈ ਉਹ ਸਾਰਾ ਕੁਝ ਮੇਰੇ ਕੋਲ ਆ ਜਵੇ ਐਂ ਕਰ ਦੇ ਨਾ ਦੁਨੀਆ ਕਿਸੇ ਨੇ ਮਿਹਨਤ ਦੇ ਨਾਲ ਕੁਝ ਕਮਾਇਆ ਜਾਂ ਜੋ ਵੀ ਕੀਤਾ ਤੇ ਕੋਈ ਆਉਂਦਾ ਹੈ ਚਪਟ ਮਾਰ ਕੇ ਖੋਲਿੰਦ ਉਦਾਂ ਸੀ ਚੋਰ ਕਹ ਦਿੰਦੇ ਆ ਜਿਹੜੇ ਚਪਟ ਮਾਰ ਕੇ ਕਰ ਲੈਣ ਇੱਕ ਉਹ ਹੁੰਦੇ ਆ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਵੀ ਨਹੀਂ ਪਤਾ ਲੱਗਣ ਦਿੰਦੇ ਕਦੋਂ ਤੁਹਾਡੀ ਜ਼ਿੰਦਗੀ ਨੂੰ ਪਰੇਸ਼ਾਨ ਕਰ ਦਿੰਦੇ ਆ ਕਦੋਂ ਤੁਹਾਨੂੰ ਉਹਨਾਂ ਨੇ ਕੰਗਾਲ ਕਰ ਦੇਣਾ ਉਦਾਂ ਦੇ ਲੋਕ ਵੀ ਹੁੰਦੇ ਦੁਨੀਆ ਦੇ ਵਿੱਚ ਹਰ ਇੱਕ ਬੰਦਾ ਇਹ ਦੇਖਦਾ ਹੈ ਵੀ ਜੋ ਮੈਂ ਕੀਤਾ ਉਹ ਸਹੀ ਆ ਜੋ ਮੈਂ ਕਰਦਾ ਉਹ ਸਹੀ ਹੈ ਰੱਬ ਮੇਰੇ ਨਾਲ ਗਲਤ ਨਾ ਕਰੇ ਪਰ ਜਿਹੜੇ ਲੋਕ ਜੇ ਕਿਸੇ ਨੇ ਤੁਹਾਡੇ ਨਾਲ 1% ਕਿਸੇ ਨੇ ਕੁਝ ਕਰਤਾ ਤੇ ਉਹ ਗਲਤ ਹੈ ਤੁਸੀਂ 100% ਕਿਸੇ ਨਾਲ ਗਲਤ ਕਰ ਦੋ ਕੋਈ ਕੋਈ ਫਰਕ ਨਹੀਂ ਪੈਂਦਾ ਇੱਥੇ ਦੁਨੀਆ ਦੇ ਵਿੱਚ ਜਿਹੜਾ ਝੂਠ ਆ ਉਹਦਾ ਜ਼ਿਆਦਾ ਬੋਲ ਵਾਲਾ ਜਿਹੜਾ ਸੱਚ ਆ ਉਹਨੂੰ ਲੋਕ ਥੱਲੇ ਦਵਾ ਦਿੰਦੇ ਆ ਉਹ ਕਹਿੰਦੇ ਸੱਚੇ ਬੰਦੇ ਨੂੰ ਤਾਂ ਇੱਥੇ ਕੋਈ ਵੀ ਨਹੀਂ ਪੁੱਛਦਾ ਜਿੰਨਾ ਮਰਜੀ ਕੋਠੇ ਤੇ ਚੜ ਕੇ ਰੋਲਾ ਪਾਈ ਜਾਵੇ ਇੱਕ ਵਕਤ ਹੁੰਦਾ ਹੈ ਇੱਕ ਟਾਈਮ ਹੁੰਦਾ ਹੈ ਜਦੋਂ ਤੁਸੀਂ ਇੱਕ ਕਾਫਲਾ ਲੈ ਕੇ ਤੁਰਦੇ ਆ ਉਸ ਕਾਫਲੇ ਦੇ ਵਿੱਚ ਤੁਹਾਡੇ ਨਾਲ ਹੌਲੀ 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 ਲੋਕ ਤੁਰਦੇ ਜਾਂਦੇ ਆ ਤੁਹਾਡੇ ਨਾਲ ਉਹ ਜਿਹੜਾ ਕਾਫਲਾ ਹੈ ਜੁੜਦਾ ਜਾਂਦਾ ਤੇ ਉਹ ਵੱਡਾ ਹੁੰਦਾ ਜਾਂਦਾ ਉਹ ਇੱਕ ਕਬੀਲੇ ਦੀ ਸ਼ੇਪ ਲੈ ਲੈਂਦਾ ਇੱਕ ਗਰੁੱਪ ਬਣ ਜਾਂਦਾ ਪਰ ਜੇ ਉਸ ਗਰੁੱਪ ਦੇ ਵਿੱਚੋਂ ਤੁਸੀਂ ਲੋਕਾਂ ਨੂੰ ਵੱਡਣਾ ਚਾਲੂ ਕਰ ਦੋ ਜਾਂ ਇੱਕ ਬੰਦੇ ਨੂੰ ਕੁਝ ਹੋਰ ਕਿਸੇ ਨੂੰ ਕੁਝ ਹੋਰ ਕਿਸੇ ਨੂੰ ਤੁਸੀਂ ਕਿਸੇ ਦੀ ਤਰ੍ਹਾਂ ਦੀ ਗੱਲ ਕਹਿੰਦੇ ਆ ਜਾਂ ਕਿਸੇ ਨੂੰ ਕਿਦਾਂ ਬੋਲਦੇ ਕਿਸੇ ਦੀ ਡਿਸਰੈਸਪੈਕਟ ਵੀ ਕਰ ਦੋ ਅਗਲਾ ਫੇ ਵੀ ਤੁਹਾਡੇ ਤੋਂ ਪਿੱਛੇ ਹਟ ਜਾਂਦਾ ਹੌਲੀ ਹੌਲੀ ਤੁਹਾਡੇ ਜਿਹੜਾ ਉਹ ਕਾਫਲਾ ਬਣਾਇਆ ਸੀ ਤੁਸੀਂ ਉਹ ਟੁੱਟ ਜਾਂਦਾ ਹੈ ਰਿਸ਼ਤੇ ਦਾਰੀਆਂ ਫਰੈਂਡਸ਼ਿਪ ਦੋਸਤੀ ਉ ਤਾਂ ਦੇ ਹੀ ਕਾਮਯਾਬ ਹੁੰਨੇ ਆ ਜੇ ਦੋਨੇ ਬੰਨੇ ਸੱਚ ਹੋਵੇ ਜੇ ਤੁਸੀਂ ਉਸ ਇਨਸਾਨ ਦੀ ਰਿਸਪੈਕਟ ਕਰਦੇ ਆਂ ਦਿਲੋਂ ਦਿਲੋਂ ਰਿਸਪੈਕਟ ਕਰੋ ਅਗਲੀ ਨੇ ਤੁਹਾਡੇ ਨਾਲ ਕੀ ਮਾੜਾ ਕੀਤਾ ਤੁਸੀਂ ਤਾਂ ਕੰਨ ਕੋਠੇ ਤੇ ਚੜ ਕੇ ਰੌਲਾ ਪਾਉਂਦੇ ਆਂ ਮਾਰ ਗਿਆ ਲੁੱਟ ਹੋ ਗਿਆ ਮੈਨੂੰ ਲੁੱਟ ਲਿਆ ਮੈਨੂੰ ਆਂ ਕਰ ਲਿਆ ਪਰ ਅਗਲੀ ਨੇ ਤੁਹਾਡੇ ਕੋਠੇ ਤੇ ਚੜ ਕੇ ਰੌਲਾ ਪਾਇਆ ਮਤਲਬ ਤੁਸੀਂ ਕਿਸੇ ਵੀ ਇਨਸਾਨ ਦੇ ਨਾਲ ਤੁਸੀਂ ਦੇਖ ਲਓ ਕਿ ਕਿੰਨੇ ਰਿਸ਼ਤੇਦਾਰ ਆ ਸਾਡੇ ਸਾਡੇ ਉਹ ਰਿਸ਼ਤੇਦਾਰ ਆ ਇਹ ਸੋਚਦੇ ਵੀ ਜਿਹੜੀ ਇਹਨਾਂ ਦੀ ਜ਼ਮੀਨ ਜਾਇਦਾਦ ਆ ਉਹ ਸਾਡੇ ਕੋਲ ਆ ਜਵੇ ਜਾਂ ਇਹਦਾ ਜਿਹੜਾ ਪੈਸਾ ਆ ਉਹ ਸਾਡੇ ਕੋਲ ਆ ਜਵੇ ਜਦੋਂ ਇੱਕ ਟਾਈਮ ਹੁੰਦਾ ਸੀ ਜਿਹੜੀਆਂ ਭੈਣਾਂ ਹੁੰਦੀਆਂ ਸੀ ਉਹ ਲਿਖ ਕੇ ਦੇ ਦਿੰਦੀਆਂ ਸੀ ਜ਼ਮੀਨ ਭਰਾ ਨੂੰ ਵੀ ਆ ਲੈ ਜ਼ਮੀਨ ਮੇਰੇ ਵੀਰਾ ਵੀ ਤੂੰ ਸੰਭਾਲ ਮੇਰੇ ਬਾਪ ਦੀ ਇਹ ਜ਼ਮੀਨ ਤੂੰ ਇਹਨੂੰ ਬਾ ਇਹਨੂੰ ਸੰਭਾਲ ਕੇ ਰੱਖੀ ਇਹਨੂੰ ਵੇਚੀ ਨਾ ਮੇਰੇ ਫਾਦਰ ਦੀਏ ਨਿਸ਼ਾਨੀ ਹੈ ਸੋ ਏਸੀ ਤਰੀਕੇ ਦੇ ਨਾਲ ਦਿੰਦੇ ਸੀ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਕੁੜੀਆਂ ਵੀ ਉਹ ਵੀ ਕਹ ਦੇਣੀਆਂ ਮੈਨੂੰ ਹਿੱਸਾ ਚਾਹੀਦਾ ਕਿਉਂਕਿ ਪਤਾ ਹੈ ਜਿਹੜੇ ਮੁੰਡੇ ਆ ਜਦੋਂ ਜ਼ਮੀਨ ਲੈ ਕੇ ਦੇ ਦਿੱਤੀ ਉਸੇ ਟਾਈਮ ਹੀ ਕੁੜੀ ਨੂੰ ਬੁਲਾਉਣਾ ਛੱਡ ਦਿੰਦੇ ਆ ਉਹ ਆਪਦੀ ਜੋ ਵਾਈਫ ਆ ਜਾਂ ਜੋ ਵੀ ਘਰ ਦੇ ਵਿੱਚ ਮਾਹੌਲ ਆ ਉਦੇ ਕਰਕੇ ਉਹ ਸਿਸਟਮ ਹੀ ਖਰਾਬ ਹੋ ਜਾਂਦਾ ਹੁਣ ਜੇ ਕੁੜੀ ਤੋਂ ਤੁਸੀਂ ਜ਼ਮੀਨ ਲਖਵਾਉਨੇ ਆ ਇਹਦਾ ਇਹ ਮਤਬ ਲਿਆ ਬਿੱਜਦੋਣੇ ਤੁਹਾਡੇ ਕੋਲ ਆਉਣਾ ਉਹਦੀ ਦੇਖਰੇਖ ਕਰਨੀ ਹੈ ਤੇ ਨਾਲ ਦੀ ਨਾਲ ਜੇ ਉਹਤੇ ਕੋਈ ਮਸੀਬਤ ਆਉਂਦੀ ਹੈ ਤੇ ਤੁਸੀਂ ਉਹਦੀ ਹੈਲਪ ਵੀ ਕਰਨੀ ਹੈ ਕਿਉਂਕਿ ਤੁਸੀਂ ਉਹਦਾ ਹਿੱਸਾ ਲਿਆ ਹੋਇਆ ਤੁਸੀਂ ਉਹਦਾ ਹਿੱਸਾ ਲਿਆ ਜੇ ਹਿੱਸਾ ਲੈਨੇ ਆ ਤੇ ਫਿਰ ਤੁਹਾਨੂੰ ਉਹ ਉਹਦੀ ਰਿਸਪਾਂਸਿਬਿਲਟੀ ਲੈਣੀ ਪੈਣੀ ਆ ਵੀ ਜੇ ਕਿਤੇ ਉਹਨੂੰ ਜ਼ਿੰਦਗੀ ਚ ਮਸੀਬਤ ਆਉਂਦੀ ਹੈ ਜੇ ਕਿਤੇ ਹੁਣ ਜਿਹੜੀਆਂ ਭੈਣਾਂ ਆ ਉਹ ਤਾਂ ਇਹ ਦੇਖਦੀਆਂ ਨਾ ਵੀ ਮੇਰਾ ਜਿਹੜਾ ਭਰਾ ਆ ਉਹ ਵਿਆਹਾਂ ਦੇ ਵਿੱਚ ਮੇਰੇ ਲਈ ਕੀ ਲੈ ਕੇ ਆਉਂਦਾ ਬੱਚਿਆਂ ਦੇ ਵਿਆਹ ਹੋਣੇ ਆ ਜਾਂ ਕੋਈ ਘਰੇ ਪ੍ਰੋਗਰਾਮ ਹੋਣੇ ਆ ਬਹੁਤ ਬਹੁਤ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਜਿੱਥੇ ਭਰਾ ਨੇ ਵੱਧ ਚੜ ਕੇ ਆਉਣਾ ਤੇ ਜੇ ਭਰਾ ਬਲਾਵੇ ਹੀ ਨਾ ਤਾਂ ਫੇਰ ਫੇਰ ਉਹ ਭੈਣ ਕਹਿੰਦੀ ਆ ਵੀ ਮੈਂ ਤਾਂ ਇਹ ਗਲਤੀ ਕਰਤੀ ਇਹਨੂੰ ਜਮੀਨ ਦੇ ਸੋ ਇਹ denn ਹਰ ਇੱਕ ਚੀਜ਼ ਦੇ ਵਿੱਚ ਹੈ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਕਿਸੇ ਇਨਸਾਨ ਦੀ ਰਿਸਪੈਕਟ ਕਰਦੇ ਆ ਕਿਸੇ ਬੰਦੇ ਨੂੰ ਰਿਸਪੈਕਟ ਦਿੰਨੇ ਆ ਤੇ ਤੁਹਾਨੂੰ ਰਿਸਪੈਕਟ ਮਿਲਦੀ ਹੈ ਜੇ ਤੁਸੀਂ ਕਹੋ ਵੀ ਸਾਰੀ ਦੁਨੀਆ ਮੇਰੇ ਮਤਾਬਕ ਹੀ ਚੱਲੇ ਮੈਂ ਰੋਵਾਂ ਤੇ ਲੋਕ ਰੋ ਪੈਣ ਮੈਂ ਹੱਸਾਂ ਤੇ ਲੋਕ ਹੱਸ ਪੈਣ ਮਤਲਬ ਇਹ ਸਿਰੋ ਹੁੰਦੇ ਤੁਸੀਂ ਕਿੰਨੇ ਕ ਦਿਨ ਲੋਕਾਂ ਨੂੰ ਮਤਲਬ ਇਸ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਇੱਕ ਬੰਦਾ ਗਲਤ ਹੋ ਸਕਦਾ ਦੁਨੀਆ ਦਾ ਦੋ ਬੰਦੇ ਗਲਤ ਹੋ ਸਕਦੇ ਤਿੰਨ ਬੰਦੇ ਗਲਤ ਹੋ ਸਕਦੇ ਜੇ ਸਾਰਾ ਹੀ ਤੁਹਾਡਾ ਗਰੁੱਪ ਕਿਦਾਂ ਗਲਤ ਹੋ ਸਕਦਾ ਤੇ ਤੁਸੀਂ ਕਿਦਾਂ ਸਹੀ ਹੋ ਸਕਦੇ ਹੋ ਸੋ ਇਸ ਕਰਕੇ ਦੁਨੀਆ ਦੇ ਵਿੱਚ ਜਦੋਂ ਤੁਸੀਂ ਇਹਦਾ ਮਤਲ ਤੁਹਾਨੂੰ ਦੁਨੀਆ ਛੱਡ ਕੇ ਜਾਣ ਲੱਗ ਜਿਓ ਹੈ ਨਾ ਕਿਤੇ ਨਾ ਕਿਤੇ ਤੁਸੀਂ ਵੀ ਆਪਦੇ ਵੱਲ ਦੇਖ ਲਿਆ ਕਰੋ ਵੀ ਕਿਤੇ ਮੇਰੇ ਤੋਂ ਕੋਲੋਂ ਕੋਈ ਗਲਤੀ ਤਾਂ ਨਹੀਂ ਹੋ ਰਹੀ ਜਾਂ ਤਾਂ ਤੁਸੀਂ ਦ ਵੇ ਆਫ ਤੁਸੀਂ ਪਹਿਲੋਂ ਕਿਸੇ ਨੂੰ ਕੋਠੇ ਤੇ ਚੜਾ ਦਿੰਦੇ ਆ ਬੱਲੇ ਬੱਲੇ ਇਹੀ ਰੱਬ ਆ ਤੇ ਮਗਰੋਂ ਜਦੋਂ ਉਹ ਰੱਬ ਫੇ ਤੁਹਾਨੂੰ ਅੱਖਾਂ ਦਿਖਾਉਂਦਾ ਤੁਸੀਂ ਫੜ ਕੇ ਥੱਲੇ ਗੇ ਚਲੇ ਜੇ ਜਾਂ ਤਾਂ ਫਿਰ ਤਰੀਕੇ ਨਾਲ ਚੱਲਣਾ ਚਾਹੀਦਾ ਲਾਈਫ ਦੇ ਵਿੱਚ ਸੋ ਹਰ ਇੱਕ ਚੀਜ਼ ਦੇਖੋ ਜਿਹੜੀ ਮਨਿਆਦ ਜਾਂ ਜਿਹੜੀ ਚੀਜ਼ ਦੀ ਜਿਹੜੀ ਚੀਜ਼ ਤੁਸੀਂ ਜਿੱਦਾਂ ਚਾਲੂ ਕਰਦੇ ਆ ਉਦੋਂ ਅੰਤ ਵੀ ਉਦਾਂ ਹੀ ਹੁੰਦਾ ਹੈ ਜੇ ਸੱਚ ਦੇ ਨਾਲ ਤੁਸੀਂ ਉਹ ਜਿਹੜਾ ਮਹਿਲ ਆ ਖੜਾ ਕੀਤਾ ਸਾਰਾ ਕੁਝ ਆਪਦੀ ਮਿਹਨਤ ਦੇ ਨਾਲ ਖੜਾ ਕੀਤਾ ਤੇ ਉਹਦੇ ਵਿੱਚ ਤੁਹਾਨੂੰ ਲੋਕ ਵੀ ਫਕੀਰ ਹੀ ਆਉਣਗੇ ਤੁਹਾਡੇ ਨਾਲ ਮਤਲ ਕੋਈ ਇਦਾਂ ਦਾ ਇਨਸਾਨ ਹੋਗਾ ਜਿਹੜਾ ਤੁਹਾਡੇ ਨਾਲ ਕੁਝ ਗਲਤ ਕਰੂਗਾ ਨਹੀਂ ਤਾਂ ਚੰਗੇ ਇਨਸਾਨ ਹੀ ਮਿਲਦੇ ਆ ਕਹਿੰਦੇ ਨੇ ਹੁੰਦੇ ਚੋਰਾਂ ਨੂੰ ਚੋਰੀ ਮਿਲਦੇ ਠੱਗਾਂ ਨੂੰ ਠੱਗੀ ਮਿਲਦੇ ਮਤਲ ਜੇ ਤੁਸੀਂ ਚੰਗੇ ਇਨਸਾਨ ਬਣੋ ਦੁਨੀਆ ਦੇ ਵਿੱਚ ਤੁਹਾਨੂੰ ਲੋਕ ਨਾਮ ਇੱਜ਼ਤ ਦੇ ਨਾਲ ਲੈਂਦੇ ਆ ਕਿੰਨੇ ਵੀ ਉਹ ਫਲਾਣਾ ਸੋ ਆ ਗਿਆ ਵੀ ਉਹ ਤਾਂ ਬੰਦਾ ਬਹੁਤ ਰਿਸਪੈਕਟਡ ਹੈ ਉਹ ਕਦੀ ਕਿਸੇ ਨੂੰ ਝੂਠ ਨਹੀਂ ਬੋਲਦਾ ਕਿਸੇ ਦੇ ਨਾਲ ਫਰੀਵ ਨਹੀਂ ਕਰਦਾ ਬਹੁਤ ਰਿਸਪੈਕਟਡ ਹੈ ਸੋ ਇਸ ਕਰਕੇ ਤਾਂਦੇ ਹੀ ਕਿਹਾ ਜਾਂਦਾ ਹੈ ਵੀ ਜਿਹੜਾ ਅਨਤ ਆਪਨਾ ਉਸ ਦੇ ਵਿੱਚ ਇੰਨੇ ਕ ਤੁਹਾਡੇ ਦੋਸਤ ਮਿੱਤਰ ਹੋਣੇ ਚਾਹੀਦੇ ਆ ਜਿਹੜੇ ਤੁਹਾਨੂੰ ਅੰਤ ਤੱਕ ਲੈ ਕੇ ਜਾਣ ਇਹ ਨਾ ਹੋਵੇ ਵੀ ਤੁਹਾਡੇ ਨਾਲ ਹੀ ਨਾ ਕੋਈ ਤੁਰੇ ਤੁਸੀਂ ਕੇਪੀਐਸ ਗੱਲ ਦਾ ਦੇਖ ਲਓ ਜਾਂ ਹੋਰ ਜਿਨ੍ਹਾਂ ਨੇ ਕੌਮ ਦਾ ਕਿੰਨਾ ਨੁਕਸਾਨ ਕੀਤਾ ਉਹਨਾਂ ਦੇ ਨਾਲ ਇੱਕ ਵੀ ਬੰਦਾ ਤੁਰਨ ਲਈ ਤਿਆਰ ਨਹੀਂ ਸੀ ਕਿਉਂਕਿ ਉਹਨਾਂ ਨੇ ਦੁਨੀਆ ਦਾ ਨੁਕਸਾਨ ਕੀਤਾ ਤੇ ਇੱਕ ਬੰਦੇ ਇਮਰਾਨ ਖਾਨ ਲਾ ਲੋ ਜਿਸ ਦੇ ਨਾਲ ਦੁਨੀਆ ਨੇ ਅੱਗ ਲਾ ਦਿੱਤੀ ਦੇਸ਼ ਨੂੰ ਵੀ ਤੁਸੀਂ ਕਿੱਦਾਂ ਸਾਡੇ ਲੀਡਰ ਨੂੰ ਫੜ ਕੇ ਜੇਲ੍ਹ ਵਿੱਚ ਦਿੱਤੇ ਝੂਠ ਦਾ ਬਹੁਤ ਬੋਲ ਵਾਲਾ ਹੈ ਪਾਕਿਸਤਾਨ ਦੇ ਵਿੱਚ ਇਸ ਵੇਲੇ ਝੂਠ ਬਹੁਤ ਬੋਲ ਬੋਲ ਬਹੁਤ ਬੋਲਬਾਲਾ ਹੈ ਝੂਠ ਦਾ ਲੋਕ ਕਹ ਰਹੇ ਜੀ ਜਿਹੜੀਆਂ ਸ਼ਾਸਤ ਦੇ ਵਿੱਚ ਬੈਠੇ ਆ ਇਹ ਤਾਂ ਜੀ ਪੀਟੀਆਈ ਦੇ ਹੀ ਲੋਕ ਆ ਕਿੰਨੇ ਕੁ ਪੀਟੀਆਈ ਦੇ ਲੋਕ ਆ ਤੁਹਾਡੇ ਕੋਲ ਕਿਉਂ ਨਹੀਂ ਇਹਨੇ ਲੋਕ ਉਹ ਕੌਮ ਖੜੀ ਹੋਈ ਹੈ ਆਪਦੇ ਲੀਡਰ ਲਈ ਕੌਮ ਖੜੀ ਹੋਈ ਹੈ ਜਦੋਂ ਤੁਸੀਂ ਉਹਨਾਂ ਦੀ ਲੀਡਰ ਨੂੰ ਗਲਤ ਤਰੀਕੇ ਦੇ ਨਾਲ ਫੜ ਕੇ ਜੇਲ੍ਹ ਵਿੱਚ ਦਿੱਤਾ ਤੇ ਉਹ ਤਾਂ ਸੁਪਰੀਮ ਕੋਰਟ ਦੇ ਜੱਜ ਜੀ ਬੜੇ ਸਿਆਣੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਫ੍ਰੀ ਕਰ ਦਿੱਤੇ ਵੀ ਤੁਸੀਂ ਜਾਓ ਤੇ ਅੱਜ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਤੁਸੀਂ ਜ਼ਮਾਨਤ ਤੁਹਾਨੂੰ ਦਿੰਦੇ ਆ ਵੀ ਤੁਹਾਨੂੰ ਕਿਸੇ ਵੀ ਕੇਸ ਦੇ ਵਿੱਚ ਫੜਿਆ ਨਹੀਂ ਜਾਊਗਾ ਸੋ ਇਸ ਕਰਕੇ ਜਿਹੜੇ ਚੰਗੇ ਇਨਸਾਨ ਆ ਉਹਨਾਂ ਦੇ ਪਿੱਛੇ ਲੋਕ ਅੱਗ ਲਾਉਣ ਲਈ ਤਿਆਰ ਹੋ ਜਾਂਦੇ ਆ ਲੋਕ ਕਹਿੰਦੇ ਇਹਹੀ ਬੰਦਾ ਸਾਰੀ ਦੁਨੀਆ ਤੋਂ ਕਲੀਅਰ ਆ ਸਾਫ਼ ਸੁਥਰਾ ਹੈ ਬੰਦਾ ਤੇ ਜੇ ਤੁਹਾਡੇ ਨਾਲ ਇੱਕ ਬੰਦਾ ਵੀ ਖੜਨ ਨੂੰ ਤਿਆਰ ਨਹੀਂ ਇਹਦਾ ਮਤਲਬ ਤੁਹਾਡੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਤੁਹਾਡੇ ਵਿੱਚ ਕੋਈ ਇਦਾਂ ਦੀ ਗਲਤੀ ਹੈ ਜਿਸ ਕਾਰਨ ਕਰਕੇ ਦੁਨੀਆ ਤੁਹਾਡੇ ਨੂੰ ਛੱਡ ਕੇ ਜਾ ਰਹੀ ਹੈ ਸੋ ਏਸੀ ਮੈਂ ਜਦੋਂ ਵੀ ਕਈ ਵਾਰ ਸੋਚਦਾ ਹੁਣਾ ਬਹੁਤ ਇਦਾਂ ਦਾ ਟਾਈਮ ਆਇਆ ਜਿੱਥੇ ਕਈ ਵਾਰ ਕੋਰਟ ਤੱਕ ਗੱਲ ਵੀ ਪਹੁੰਚ ਜਾਂਦੀ ਹੈ ਵੀ ਕਿਸੇ ਦੇ ਨਾਲ ਤਾਡੇ ਜਿਹੜੇ ਜਿਨ੍ਹਾਂ ਦੇ ਨਾਲ ਤੁਸੀਂ ਬੈਠ ਕੇ ਰੋਟੀ ਖਾਣੀ ਖਾਦੀ ਹੁੰਦੀ ਹੈ ਉਹੀ ਬੰਦੇ ਤੁਹਾਨੂੰ ਕੋੜ ਤੱਕ ਲੈ ਜਾਂਦੇ ਪਰ ਉਹਨਾਂ ਦੇ ਨਾਲ ਫੇਰ ਵੀ ਸਮਝੌਤਾ ਕੀਤਾ ਤੇ ਹਾਲੇ ਵੀ ਉਹਨਾਂ ਦੇ ਨਾਲ ਬੋਲਣ ਲਈ ਪੂਰੇ ਤਤ ਪਾਰਿਆ ਇਹ ਨਹੀਂ ਵੀ ਕਿਤੇ ਉਹਨਾਂ ਦੇ ਨਾਲ ਬੋਲਦੇ ਨਹੀਂ ਹਰੀ ਕੰਸਾਨ ਦੇ ਨਾਲ ਤੁਸੀਂ ਆਪਦਾ ਇਦਾਂ ਦਾ ਰਿਸ਼ਤਾ ਰੱਖੋ ਵੀ ਜਿਹੜੀ ਤੁਹਾਡੀ ਥੋੜੀ ਵਾਲੀ ਗੱਲਬਾਤ ਹਰੇਕ ਬੰਦੇ ਨਾਲ ਨਾ ਰਵੇ ਇੰਨਾ ਵੀ ਤੁਸੀਂ ਨੁਕਸਾਨ ਨਾ ਕਰਦੋ ਕਿਸੇ ਦਾ ਵੀ ਜਿਹੜਾ ਅਗਲਾ ਤੁਹਾਨੂੰ ਬੁਲਾਵੇ ਨਾ ਤੁਸੀਂ ਆਪਦੇ ਮਤਵ ਲਈ ਤਾਂ ਬਹੁਤ ਕੁਝ ਕਰ ਸਕਦੇ ਹਰੇਕ ਬੰਦਾ ਕਰਦਾ ਮੇਰੇ ਵੀ ਬੱਚਿਆਂ ਨੇ ਰੋਟੀ ਖਾਣੀ ਆ ਤੁਹਾਡੇ ਵੀ ਬੱਚਿਆਂ ਨੇ ਰੋਟੀ ਖਾਣੀ ਆ ਜੇ ਤੁਸੀਂ ਕਹਿੰਦੇ ਵੀ ਮੈਂ ਹੀ ਸਾਰਾ ਕੁਝ ਕੀਤਾ ਤੇ ਫੇਰ ਜਦੋਂ ਅਗਲੇ ਦੇ ਜਾਣ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਵੀ ਅਗਲੇ ਨੇ ਕੀ ਕੀਤਾ ਤੁਹਾਡੇ ਲਈ ਕੋਈ ਵੀ ਘਰ ਦੇ ਵਿੱਚ ਤੁਸੀਂ ਦੇਖਿਓ ਜੀ ਜਿਉ ਚਨਾ ਜਾਵੇ ਪਹਿਲੋਂ ਜਦੋਂ ਉਹ ਕੋਈ ਸਿਆਣਾ ਲੀਡਰ ਤੁਹਾਡੇ ਘਰ ਦੇ ਵਿੱਚ ਜਾਂ ਸਿਆਣਾ ਬਜ਼ੁਰਗ ਤੁਹਾਡੇ ਘਰ 'ਚ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਘਰ ਕਿੱਦਾਂ ਚੱਲਦਾ ਹੈ ਤੇ ਜੇਕਰ ਤੇ ਉਹ چلا ਜਾਵੇ ਫਿਰ ਪਤਾ ਲੱਗਦਾ ਵੀ ਘਰ ਦੇ ਵਿੱਚ ਕੰਮਕਾਰ ਤਾਂ ਕਿੰਨੇ ਹੁੰਦੇ ਆ ਜਿਹੜੇ ਕੰਮਕਾਰ ਉਸ ਬੰਦੇ ਨੇ ਸੰਭਾਲੇ ਹੁੰਦੇ ਨੇ ਤਾਂ ਤੁਸੀਂ ਉਦਾਂ ਦੇ ਕੰਮ ਕਰਕੇ ਦਿਖਾ ਲਓ ਜੇ ਤੁਸੀਂ ਕਰਨ ਜਾਣਦੇ ਹੋਵੋ ਤਾਂ ਫਿਰ ਅਗਲੇ ਨੂੰ ਤੁਹਾਨੂੰ ਉਸ ਬੰਦੇ ਦੀ ਕੀ ਜ਼ਰੂਰਤ ਹਰੇਕ ਕੰਮਕਾਰ ਹਰ ਇੱਕ ਬੰਦੇ ਦੀ ਆਪਣੀ ਆਪਣੀ ਡਿਊਟੀ ਹੈ ਕਿਸੇ ਦਾ ਕਿਦਾਂ ਦਾ ਦਿਮਾਗ ਹੈ ਕਿਸੇ ਦਾ ਕਿਦਾਂ ਦਾ ਦਿਮਾਗ ਹੈ ਹੁਣ ਅਸੀਂ ਇਹ ਰੇਡੀਓ ਦੇ ਉੱਤੇ ਪ੍ਰੋਗਰਾਮ ਕਰਦੇ ਹਾਂ ਸੋ ਸਾਡੀ ਜਿਹੜੀ ਟੀਮ ਕਹਿੰਦੀ ਸੀ ਵੀ ਇਹ ਵਿੰਡੋ ਤੋਂ ਬਗੈਰ ਹੋ ਨਹੀਂ ਸਕਦਾ ਮੈਂ ਕਹ ਜੀ ਆਪਾਂ ਕੋਸ਼ਿਸ਼ ਕਰਕੇ ਦੇਖਦੇ ਹਾਂ ਐਪਲ ਦੇ ਉੱਤੇ ਅਸੀਂ ਸੌਫਟਵੇਅਰਾਂ ਲੱਝੀਆਂ ਮੈਂ ਤਿਆਰ ਕੀਤੀਆਂ ਤੇ ਇਹਨੂੰ ਇਦਾਂ ਦੀ ਬ੍ਰੌਡਕਾਸਟਿੰਗ ਸੌਫਟਵੇਅਰ ਸਾਨੂੰ ਮਿਲ ਗਈ ਜਿਹਦੇ ਥਰੂ ਤੁਸੀਂ ਬਹੁਤ ਆਸਾਨ ਤਰੀਕੇ ਦੇ ਨਾਲ ਬ੍ਰਾਡਕਾਸਟ ਕਰ ਸਕਦੇ ਹਰ ਇੱਕ ਚੀਜ਼ ਲਈ ਸੋਲੂਸ਼ਨ ਹੁੰਦਾ ਬੰਦੇ ਦੇ ਕੋਲ ਕਿਸੇ ਦਾ ਕੇਸ ਬੰਨੇ ਨੂੰ ਦਿਮਾਗ ਚੱਲਦਾ ਕਿਸ ਬੰਦੇ ਦਾ ਕੇਸ ਬੰਨੇ ਨੂੰ ਦਿਮਾਗ ਚੱਲਦਾ ਤਦ ਹੀ ਐਡੀਆਂ ਐਡੀਆਂ ਕੰਪਨੀਆਂ ਕਰੋੜਾਂ ਰੁਪਈਆ ਦੇ ਕੇ ਕੋਈ ਸੌਫਟਵੇਅਰ ਇੰਜੀਨੀਅਰ ਨੂੰ ਹਾਇਰ ਕਰਦੇ ਆ ਕਿਸੇ ਬੰਦੇ ਨੂੰ ਮਾਰਕੀਟਿੰਗ ਵਾਲੇ ਨੂੰ ਹਾਇਰ ਕਰਦੇ ਆ ਤਦ ਉਹ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਕੰਪਨੀ ਬਣਦੀ ਹੈ ਹੁਣ ਈਲਨ ਮਾਸਕ ਨੇ ਆਪਦੀ ਕੰਪਨੀ ਵਿੱਚ ਇੱਕ ਸੀਈਓ ਹਾਏ ਕੀਤੀ ਐ ਕੁੜੀ ਉਹਦਾ ਇੰਨਾ ਜ਼ਿਆਦਾ ਦਿਮਾਗ ਆ ਉਹਨੇ ਕੰਪਨੀ ਨੂੰ ਕਿਤੇ ਦੀ ਕਿਤੇ ਲੈ ਕੇ ਚੱਲ ਜਾਣਾ ਤੇ ਜੇ ਉਹ ਕਦੇ ਵੀ ਮੈਂ ਤੇ ਇਹ ਜੇ ਸਾਹ ਵੀ ਲਵੇ ਤੇ ਮੈਂ ਇਹਦਾ ਸਾਹ ਬੰਦ ਕਰ ਦਿਆਂ ਜੇ ਰੋਟੀ ਖਾਵੇ ਤੇ ਮੈਂ ਇਹਦੀ ਰੋਟੀ ਬੰਦ ਕਰ ਦਿਆਂ ਤੇ ਫਿਰ ਉਹ ਕਿੰਨੇ ਕ ਦਿਨ ਘੁੱਟ ਹੋ ਕੇ ਉੱਥੇ ਰਹੂਗੀ ਤੇ ਜਿੱਦਣ ਉਹ ਚਲੀ ਗਈ ਤੇ ਉਹ ਸਿਸਟਮ ਜਿਹੜਾ ਉਹਨੇ ਕੰਮ ਕਰਦੇਣਾ ਉਹ ਕਿਸੇ ਹੋਰ ਨੇ ਨਹੀਂ ਕਰ ਲੈਣਾ ਹਰ ਇੱਕ ਬੰਦੇ ਦਾ ਆਪ ਦਾ ਇੱਕ ਟੈਲੈਂਟ ਹੁੰਦਾ ਹੁਣ ਜੇ ਤਰਮਿੰਦਰ ਨੂੰ ਅਸੀਂ ਦੇਖਦੇ ਆਂ ਜਾਂ ਅੰਤਾਂ ਬਚਨ ਦੇਖਦੇ ਆਂ ਉਹਨਾਂ ਦੇ ਆਪ ਦੇ ਇੱਕ ਆਰਟ ਆ ਆਪ ਦਾ ਇੱਕ ਟੈਲੈਂਟ ਆ ਉਹਨਾਂ ਦਾ ਉਹਨਾਂ ਦੀ ਕੋਈ ਕਾਪੀ ਤਾਂ ਨਹੀਂ ਕਰ ਸਕਦਾ ਜੇ ਕੋਈ ਕਵੀ ਵੀ ਕੋਈ ਮੈਂ ਤਰਮਿੰਦਰ ਵੰਜਵਾ ਜਮੈ ਸੈਣੀ ਦੇ ਉਲ ਬੰਜੋ ਨਹੀਂ ਬਣ ਸਕਦਾ ਹੁਣ ਮੋਦੀ ਸਾਹਿਬ ਹੈ ਕੋਈ ਮੋਦੀ ਸਾਹਿਬ ਵਰਗਾ ਨਹੀਂ ਬਣ ਸਕਦਾ ਉਹਨਾਂ ਦੀ ਇੱਕ ਆਪਦੀ ਇਮੇਜ ਹੈ ਹਰੇਕ ਬੰਦੇ ਨੇ ਆਪਦੀ ਇੱਕ ਸਿਸਟਮ ਹੈ ਜਿਹੜੇ ਰੱਬ ਨੇ ਉਹਨਾਂ ਨੂੰ ਬਣਾ ਕੇ ਇਸ ਦੁਨੀਆ ਦੇ ਉੱਤੇ ਭੇਜਿਆ ਹੁਣ ਕੋਈ ਬੰਦਾ ਹੈ ਇਸ ਤਰੀਕੇ ਦੇ ਨਾਲ ਝੂਠ ਬੋਲਦਾ ਹੈ ਉਹਦੀ ਝੂਠ ਬੋਲਣ ਦੇ ਵਿੱਚ ਵੀ ਸੱਚ ਹੀ ਲੱਗਦਾ ਹੈ ਵੀ ਬੰਦਾ ਸੱਚ ਹੀ ਬੋਲਦਾ ਕੋਈ ਉਹਦਾ ਟੈਲੈਂਟ ਹੈ ਜੇ ਕਿਸੇ ਬੰਦੇ ਨੂੰ ਤੁਸੀਂ ਕਹੋ ਵੀ ਤੂੰ ਉਸ ਬੰਦੇ ਨੂੰ ਦੁਖੀ ਕਰਕੇ ਆ ਤਾਂ ਉਹ ਦੁਖੀ ਕਿਸੇ ਨੂੰ ਕਰ ਨਹੀਂ ਸਕਦਾ ਉਹਦਾ ਇੱਕ ਉਹਦਾ ਸਿਸਟਮ ਹੈ ਉਹ ਕਿਸੇ ਨੂੰ ਨਹੀਂ ਦੁਖੀ ਕਰ ਸਕਦਾ ਕਿਸੇ ਨੂੰ ਤਾਨੇ ਮੇਨੇ ਨਹੀਂ ਮਾਰ ਸਕਦਾ ਬਈ ਬੰਦਿਆਂ ਦੀ ਹੁੰਦੀ ਆਦਤ ਹਰੇਕ ਬੰਦੇ ਦੀ ਮੇਰੇ ਵੀ ਬਹੁਤ ਕਈ ਵਾਰ ਗੁੱਸਾ ਆਉਂਦਾ ਵੀ ਉਹ ਬੰਦੇ ਨੂੰ ਆ ਗੱਲਾਂ ਸੁਣਾਵਾਂ ਪਰ ਇਸ ਸਾਰੀ ਜਿਹੜੀ ਦੁਨੀਆ ਦੀ ਕਿਰਿਆ ਹੈ ਨਾ ਇਸ ਦੇ ਵਿੱਚ ਇੱਕ ਜਿਹੜਾ ਤੁਸੀਂ ਡਿੱਕਾ ਹੈ ਉਹਨੂੰ ਸਿੱਟ ਦਿੰਦੇ ਆ ਨਾ ਵੀ ਇਹ ਮੇਰੇ ਕੰਮ ਦਾ ਨਹੀਂ ਆ ਕਿਸੇ ਦਿਨ ਉਸ ਡਿੱਕੇ ਦੀ ਵੀ ਜ਼ਰੂਰਤ ਪੈ ਜਾਂਦੀ ਹੈ ਮੇਰੀ ਕਾਰ ਹੈ ਜਿਹੜੀ ਮੈਂ ਕਾਰ ਕੰਮ ਲਈ ਰੱਖੀ ਹੈ ਉਹਦੇ ਰਿਮੋਟ ਕੰਟਰੋਲ ਖਰਾਬ ਹੋ ਗਿਆ ਤੇ ਉਹਦੇ ਵਿੱਚ ਜਿਹੜਾ ਰਿਮੋਟ ਲੌਕ ਖੋਲਣ ਲਈ ਤੇ ਉਹ ਮੈਨੂੰ ਨਿੱਕਾ ਜਿਹਾ ਡੀਕਾ ਚੱਕਣਾ ਪੈਂਦਾ ਫਿਰ ਉਹਦੇ ਵਿੱਚ ਉਹ ਲੌਕ ਵਾਲੇ ਬਟਨ ਨੂੰ ਨੱਪਦਾ ਤੇ ਫਿਰ ਮੈਨੂੰ ਉੱਥੋਂ ਪਤਾ ਲੱਗਿਆ ਵੀ ਇਹ ਜਿਹੜੇ ਡੀਕਾ ਹੈ ਇਹਦੀ ਕਿੰਨੀ ਐਮੀਅਤ ਹੈ ਮੇਰੇ ਲਈ ਕਿਉਂਕਿ ਜੇ ਇਹ ਡੀਕਾ ਨਾ ਹੋਊਗਾ ਤੇ ਮੈਂ ਲੌਕ ਹੀ ਨਹੀਂ ਖੋਲ ਸਕਦਾ ਮੇਰੀ ਗੱਡੀ ਦੇ ਅੰਦਰ ਮੈਂ ਹੋ ਨਹੀਂ ਸਕਦਾ ਜਾਂ ਤਾਂ ਸ਼ੀਸ਼ਾ ਭੰਨ ਕੇ ਅੰਦਰ ਜਾਊਂਗਾ ਤੇ ਜਾਂ ਰਿਮੋਟ ਕੰਟਰੋਲ ਨੂੰ ਤੋੜੂਗਾ ਫੇਰ ਹੀ ਐਂਟਰ ਹੋ ਸਕਦਾ ਤੇ ਉਸ ਲਈ ਮੈਨੂੰ ਨਿੱਕਾ ਜਿਹਾ ਡੀਕਾ ਜਾਈ ਰਹਿਣਾ ਹਰ ਇੱਕ ਜੀਜ਼ ਦਾ ਮਤਵ ਵਾਲਿਆ ਦੁਨੀਆ ਦੇ ਵਿੱਚ ਇਹ ਨਹੀਂ ਹੋ ਸਕਦਾ ਵੀ ਹਰ ਇੱਕ ਬੰਦੇ ਨੇ ਇੱਕ ਸਿਸਟਮ ਕ੍ਰੀਏਟ ਕਰ ਦੇ ਜਿਹਨੇ ਜਿੱਥੇ ਜਾਣਾ ਉਹਨੇ ਉੱਥੇ ਵੀ ਕਾਮਯਾਬ ਹੋ ਜਾਣਾ ਤੁਸੀਂ ਕਿਸੇ ਦਾ ਰੇਜਕ ਨਹੀਂ ਖੋ ਸਕਦੇ ਕਿਸੇ ਦੀ ਜਿਹੜੀ ਦਿਮਾਗ ਦੇ ਵਿੱਚ ਸੋਚ ਆ ਉਸ ਨੂੰ ਤੁਸੀਂ ਖੋ ਨਹੀਂ ਸਕਦੇ ਉਸ ਬੰਦੇ ਨੇ ਤਾਂ ਕੰਮ ਕਰ ਹੀ ਲੈਣਾ ਪਰ ਤੁਸੀਂ ਆਪਦੇ ਕੋਲੋਂ ਚੰਗਾ ਬੰਦਾ ਗਵਾ ਲਿਆ ਇਹ ਸੀ ਕਰਕੇ ਦੁਨੀਆ ਕਹਿ ਦਿੰਦੀ ਹੈ ਵੀ ਜਦੋਂ ਤੁਸੀਂ ਕਾਫਲਾ ਬਣਾਉਨੇ ਆ ਗਰੁੱਪ ਬਣਾਉਨੇ ਆ ਮਤਲਬ ਉਸ ਨੂੰ ਇਸ ਤਰੀਕੇ ਦੇ ਨਾਲ ਹਰ ਇੱਕ ਬੰਦੇ ਦਾ ਆਪ ਦਾ ਆਪ ਦਾ ਕੰਮ ਹੈ ਜਿੱਦਾਂ ਸਾਡੀ ਹੁਣ ਹੱਸਦਾ ਪੰਜਾਬ ਹੈ ਇਹਦੇ ਵਿੱਚ ਹਰ ਇੱਕ ਇੱਕ ਮੈਂਬਰ ਆਪਦਾ ਕੰਮ ਕਰਦਾ ਹੈ ਹਰ ਇੱਕ ਮੈਂਬਰ ਨੇ ਆਪਦੀਆਂ ਆਪਦੀਆਂ ਜੋਬਾਂ ਜਿਹੜੀਆਂ ਸੰਭਾਲੀਆਂ ਹੋਈਆਂ ਤੇ ਉਹ ਦੂਸਰੇ ਮੈਂਬਰ ਨੂੰ ਫਿਕਰ ਨਹੀਂ ਆ ਵੀ ਸਾਡਾ ਕੰਮ ਹੋਇਆ ਜਾਂ ਨਹੀਂ ਹੋਇਆ ਇਹ ਨਹੀਂ ਹੈ ਨਾ ਵੀ ਵੀ ਤੁਸੀਂ ਬੱਲੇ ਬੱਤੀਆਂ ਦੋ ਹੀ ਨਾ ਟਕੋ ਵੀ ਆਪੀ ਦੁਨੀਆ ਚੱਲੀ ਜਾਵੇ ਹਰ ਇੱਕ ਚੀਜ਼ ਲਈ ਮਾਰਕੀਟਿੰਗ ਜ਼ਰੂਰ ਹੈ ਹਰ ਇੱਕ ਚੀਜ਼ ਨੂੰ ਮਸ਼ਹੂਰ ਕਰਨ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਕੱਲ੍ਹ ਅਸੀਂ ਗੱਲ ਕਰੇ ਸੀ ਕਿਸੇ ਬੈਂਡਰ ਦੇ ਨਾਲ ਉਹ ਕਹਿ ਰਿਹਾ ਸੀ ਵੀ ਰੇਡੀਓ ਦੇ ਉੱਤੇ ਅਸੀਂ ਐਡ ਕਿਉਂ ਕਰੀਏ ਮੈਂ ਕਿਹਾ ਤੁਸੀਂ ਵੱਡੀਆਂ-ਵੱਡੀਆਂ ਕੰਪਨੀਆਂ ਦੇਖਦੇ ਨਾ ਜਿਹਨਾਂ ਟੀਵੀ ਦੇ ਮੋਰੀ ਬੈਠਦੇ ਆ ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਫੇਰ ਵੀ ਉਹਨਾਂ ਦੀ ਐਡ ਚੱਲਦੀ ਹੈ ਉਹਦਾ ਇਹ ਮਤਲਬ ਹੁੰਦਾ ਹੈ ਵੀ ਜਦੋਂ ਲੋਕਾਂ ਦੇ ਅੱਖਾਂ 'ਚ ਤੁਹਾਡੀ ਚੀਜ਼ ਦਿਖਣੀ ਹੈ ਜਿੱਤੇ ਤੁਸੀਂ ਪੈਸਾ ਬੱਡੀਆਂ ਕੰਪਨੀਆਂ ਮਿਲੀਅਨ ਡਾਲਰ ਦੇ ਦਿੰਦੀਆਂ ਮਾਰਕੀਟਿੰਗ ਕੰਪਨੀ ਨੂੰ ਵੀ ਤੁਸੀਂ ਆ ਲਓ ਜੀ ਮਾਰਕੀਟਿੰਗ ਕਰੋ ਸਾਡੀ ਤੇ ਉਹ ਹਰੇਕ ਪਲੇਟਫਾਰਮ ਦੇ ਉੱਤੇ ਤੁਹਾਡੀ ਮਸ਼ਹੂਰੀ ਚਲਾਉਂਦੇ ਆ ਉਹਨੇ ਮਤਲਬ ਕਿਤੇ ਹਜ਼ਾਰ ਡਾਲਰ ਦੇਣਾ ਕਿਤੇ 10000 ਦੇਣਾ ਕਿਤੇ 20000 ਦੇਣਾ ਉਹਨੇ ਉਸ ਚੀਜ਼ ਨੂੰ ਮਸ਼ਹੂਰ ਕਰਨਾ ਹੁੰਦਾ ਹੈ ਹੁਣ ਕੋਈ ਵੀ ਹੈ Google ਹੈ ਉਹ ਵੀ ਪੈਸੇ ਲੈਂਦੇ ਆ ਜਿੱਦਾਂ ਹੁਣ ਕੋਈ ਵੀ ਸੰਸਥਾ ਲਾ ਲਓ ਜਿੱਥੇ ਤੁਸੀਂ ਕੋਈ ਵੀ ਆਪਦੇ ਬਿਜ਼ਨਸ ਨੂੰ ਮਸ਼ਹੂਰ ਕਰਨਾ ਜਦੋਂ ਜਲਪ ਹੋ ਗਿਆ ਉਹਦੇ ਉੱਤੇ ਵੀ ਇੱਕ ਇੱਕ ਕਲਿੱਕ ਦੇ ਪੈਸੇ ਲੈਂਦੇ ਆ ਉਹ ਜਦੋਂ ਤੁਸੀਂ ਉਹਨਾਂ ਨੇ ਤੁਹਾਡਾ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੈ ਤੇ ਉਹਨਾਂ ਨੇ ਪੈਸੇ ਲੈਣੇ ਮਤਲਬ ਮਹੀਨੇ ਦਾ ਉਹ 8-900 ਡਾਲਰ ਬਣਾ ਦਿੰਦੇ ਆ ਮਹੀਨੇ ਦਾ 6-700 400 ਡਿਪੈਂਡ ਕਰਦੇ ਕਿੰਨਾ ਤੁਸੀਂ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਕਿਹੜੀ ਕਿਹੜੀ ਥਾਂ ਦੇ ਉੱਤੇ ਪ੍ਰਮੋਟ ਕਰਨਾ ਇਦਾਂ ਹੀ ਹਰ ਇੱਕ ਚੀਜ਼ ਨੂੰ ਪ੍ਰਮੋਟ ਕਰਨ ਲਈ ਤੁਹਾਨੂੰ ਪੈਸਾ ਲਾਉਣਾ ਪੈਂਦਾ ਹੈ ਹਰ ਇੱਕ ਸਿਸਟਮ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਹੁਣ ਤੁਸੀਂ ਦੇਖੋ ਵੀ ਕਿਸੇ ਨੇ ਦੁਕਾਨ ਖੋਲੀ ਤੇ ਜੇ ਉਹ ਆਪਦੇ ਪਰਚੇ ਨਹੀਂ ਵੰਡੂ ਦੁਨੀਆ ਦੇ ਵਿੱਚ ਦੱਸੂਗਾ ਨਹੀਂ ਵੀ ਇਹ ਪਰਚੇ ਮੈਂ ਕਾਦੇ ਵੰਡ ਰਿਆਂ ਜਾਂ ਇਹ ਮੈਂ ਨਵਾਂ ਸਟੋਰ ਖੋਲਿਆ ਲੋਕਾਂ ਨੂੰ ਕਿਹੜੇ ਸੁਪਨਾ ਆਉਂਦਾ ਜੇ ਕੋਈ ਕੋਲ ਕੋਲ ਦੀ ਕਾਰ ਚਲਾ ਕੇ ਜਾਊਗਾ ਫੇਰ ਹੀ ਉਹਨੂੰ ਪਤਾ ਲੱਗੂਗਾ ਵੀ ਇੱਥੇ ਕੋਈ ਖੁੱਲਿਆ ਹੈ ਸਿਸਟਮ ਕਿਸੇ ਨੂੰ ਕੀ ਪਤਾ ਹੁਣ ਅਸੀਂ ਰੇਡੀਓ ਦੇ ਉੱਤੋਂ ਦੀ ਬੋਲਦੇ ਹਾਂ ਦੁਨੀਆਂ ਉਹਦੇ ਵਿੱਚ ਗੱਲ ਚੱਲ ਜਾਂਦੀ ਹੈ ਵੀ ਆਹ ਚੀਜ਼ ਦੁਨੀਆ ਦੇ ਉੱਤੇ ਆਹ ਬਣੀ ਹੋਈ ਹੈ। ਤਾਦੀ ਦੁਨੀਆ ਨੂੰ ਪਤਾ ਲੱਗਦਾ ਹੈ ਨਾ ਸੋ ਏਸੀ ਤਰੀਕੇ ਦੇ ਨਾਲ ਤੁਸੀਂ ਵੱਡੇ ਵੱਡੇ ਪਲੇਟਫਾਰਮਾਂ ਦੇ ਉੱਤੇ ਆਪਦੀ ਜਿਹੜੀ ਬਿਜ਼ਨਸ ਆ ਉਹਨੂੰ ਬੂਸਟ ਕਰਦੇ ਆ ਉਹਨੂੰ ਬੂਸਟ ਕਹਿ ਦਿੰਦੇ ਆ ਫੇਸਬੁੱਕ ਦੇ ਉੱਤੇ ਬੂਸਟ ਕਰਦੇ ਆ ਤੁਸੀਂ ਟਵਿੱਟਰ ਤੇ ਬੂਸਟ ਕਰਦੇ ਆ ਗੂਗਲ ਤੇ ਬੂਸਟ ਕਰਦੇ ਆ ਤਾਦੀ ਹੀ ਦੁਨੀਆ ਦੇ ਵਿੱਚ ਮਾਰਕੀਟਿੰਗ ਹੁੰਦੀ ਹੈ। ਸੋ ਇਹ ਮੈਂ ਤੁਹਾਨੂੰ ਦੱਸ ਰਿਹਾ ਵੀ ਕਈ ਲੋਕ ਇਸ ਤਰੀਕੇ ਦੇ ਨਾਲ ਸੋਚਦੇ ਆ ਮਤਲਬ ਮੇਰੇ ਤਾਇਆ ਜੀ ਉਹਨਾਂ ਨੇ ساری ਜ਼ਿੰਦਗੀ ਹੁਣ ਕਿੰਨੀ ਉਮਰ ਹੋ ਗਈ ਮੇਰੇ ਡੈਡ ਤੋਂ ਵੱਡੇ ਆ ਇੱਥੇ ਸਾਡੇ ਨਾਲ ਹੀ ਰਹਿੰਦੇ ਲੱਗ ਗਏ ਇੱਕ ਬਲਾਕ ਤੇ ਰਹਿੰਦੇ ਉਹਨਾਂ ਨੇ ساری ਉਮਰ ਹਰ ਇੱਕ ਚੀਜ਼ ਕੈਸ਼ ਲਈ ਆ ਹਰ ਇੱਕ ਚੀਜ਼ ਕੈਸ਼ ਲਈ ਕਦੀ ਵੀ ਉਹਨਾਂ ਨੇ ਕੋਈ ਕ੍ਰੈਡਿਟ ਕਾਰਡ ਨਹੀਂ ਬਣਾਇਆ ਤੇ ਇੱਕ ਵਾਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੋਈ ਕ੍ਰੈਡਿਟ ਕਾਰਡ ਨਹੀਂ ਬਣਾਉਂਦੇ ਆਪਾਂ ਨੂੰ ਕੀ ਜ਼ਰੂਰਤ ਹੈ ਕ੍ਰੈਡਿਟ ਕਾਰਡ ਦੀ ਬਣਾਉਣੀ ਹੁਣ ਜੇ ਤੁਸੀਂ ਕਾਰ ਲੈਣਾ ਤੁਹਾਨੂੰ ਕ੍ਰੈਡਿਟ ਚਾਹੀਦਾ ਹੈ ਕੋਈ ਵੱਡੀ ਚੀਜ਼ ਲੈਣੀ ਆ ਕਾਰ ਲੈਣੀ ਜਾਂ ਕੁਝ ਲੈਣਾ ਤੁਹਾਨੂੰ ਕ੍ਰੈਡਿਟ ਚਾਹੀਦਾ ਹੁੰਦਾ ਹੈ ਕ੍ਰੈਡਿਟ ਤੋਂ ਬਿਨਾਂ ਕੋਈ ਵੀ ਚੀਜ਼ ਤੁਸੀਂ ਲੈ ਨਹੀਂ ਸਕਦੇ ਉਹਨਾਂ ਦੀ ਸੋਚ ਉਹਨਾਂ ਦੀ ਸੋਚ ਨੂੰ ਮੈਂ ਬਦਲ ਨਹੀਂ ਸਕਦਾ ਤੇ ਪਰ ਉਹ ਉੱਥੇ ਕੀ ਉਹਨਾਂ ਨੇ ਸੋਚ ਰੱਖ ਲਈ ਗਾਂ ਮਤਲਬ ਬਦਲ ਲਈ ਉਹਨਾਂ ਨੂੰ ਉਹਨਾਂ ਨੂੰ ਆਪ ਦਾ ਕ੍ਰੈਡਿਟ ਜੇ ਵਧੀਆ ਉਹਨਾਂ ਦਾ ਕ੍ਰੈਡਿਟ ਬਣਾਇਆ ਹੁੰਦਾ ਤੇ ਉਹ ਦੁਨੀਆ ਦੇ ਵਿੱਚ ਕੋਈ ਵੱਡੇ ਬਿਜ਼ਨਸ ਲੈ ਸਕਦੇ ਆ ਕੋਈ ਹੋਰ ਵੱਡੇ ਵੱਡੇ ਕੰਮ ਕਰ ਸਕਦੇ ਸੀਗੇ ਜਿੱਥੇ ਉਹਨਾਂ ਦੇ ਜਿੰਨੀ ਕੋ ਉਹਨਾਂ ਦੀ ਪੈਸੇ ਉਹਨਾਂ ਕੋ ਪਿਆ ਉਹ ਤੋਂ ਦੁੱਗਣਾ ਹੋ ਲੋਨ ਲੈ ਸਕਦੇ ਆ ਤਾਂ ਦੀ ਹੀ ਕ੍ਰੈਡਿਟ ਬਣਾਏ ਜਾਂਦੇ ਆ ਨਾ ਵੱਡੇ ਵੱਡੇ ਸਟੋਰ ਐ ਇੱਥੇ ਹਰ ਇੱਕ ਬੰਦਾ ਕ੍ਰੈਡਿਟ ਲੈਂਦਾ ਹੈ ਕ੍ਰੈਡਿਟ ਲੈ ਕੇ ਆਪਦੇ ਬਿਜ਼ਨਸ ਨੂੰ ਪ੍ਰਮੋਟ ਕਰਦਾ ਹੈ ਜਾਂ ਆਪਦੇ ਬਿਜ਼ਨਸ ਨੂੰ ਗਾਂਹ ਵਧਾਉਂਦਾ ਹੈ ਹਰ ਇੱਕ ਚੀਜ਼ ਲਈ ਤੁਹਾਨੂੰ ਕ੍ਰੈਡਿਟ ਦੀ ਜ਼ਰੂਰਤ ਹੁੰਦੀ ਹੈ ਸੋ ਹਰ ਇੱਕ ਉਹਨਾਂ ਬੰਦਿਆਂ ਦੀ ਸੋਚ ਹੁੰਦੀ ਹੈ ਵੀ ਮੈਂ ਤਾਂ ਇਹ ਕੰਮ ਕਰ ਨਹੀਂ ਤੇ ਉਹ ਉੱਥੇ ਹੀ ਰਹਿ ਜਾਂਦੇ ਜਿਹੜੇ ਬੰਦਿਆਂ ਨੇ ਉਹਨਾਂ ਤੋਂ ਪਿੱਛੇ ਆਣ ਕੇ ਪਹਿਲੋਂ ਕਾਮਯਾਬ ਹੋ ਜਾਂਦੇ ਆ ਕਿਉਂਕਿ ਉਹਨਾਂ ਨੇ ਆਪਦੀ ਕ੍ਰੈਡਿਟ ਨੂੰ ਯੂਜ਼ ਕੀਤਾ ਉਹਨਾਂ ਨੇ ਆਪਦੀ ਕ੍ਰੈਡਿਟ ਨੂੰ ਬਣਾਇਆ ਹੋਰ ਬਹੁਤ ਕੁਝ ਕੀਤਾ ਸੋ ਇਦਾਂ ਹੀ ਸਾਰਾ ਕੁਝ ਹੁੰਦਾ ਹੈ ਹਰ ਇੱਕ ਚੀਜ਼ ਨੂੰ ਤੁਸੀਂ ਮਤਲਬ ਉਲਟ ਤਰੀਕੇ ਨਾਲ ਕਰ ਲੋ ਜਾਂ ਤੁਸੀਂ ਸਹੀ ਤਰੀਕੇ ਦੇ ਨਾਲ ਕਰ ਲੋ ਹਰ ਇੱਕ ਚੀਜ਼ ਦੇ ਵਿੱਚ ਦੋ ਵੇ ਹੁੰਦੇ ਆ ਤੁਸੀਂ ਆਈਆਰਐਸ ਨੂੰ ਕਿੰਨੇ ਤੱਕ ਝੂਠ ਬੋਲ ਸਕਦੇ ਆ ਕਿੰਨੇ ਦਿਨ ਤੁਸੀਂ ਕਹਿ ਸਕਦੇ ਵੀ ਮੈਂ ਟੈਕਸ ਦੇਣਾ ਹੀ ਨਹੀਂ ਜਿੱਦਨ ਤੁਸੀਂ ਉਹਨਾਂ ਦੇ ਉਸ ਆਡਿਟਿੰਗ ਦੇ ਵਿੱਚ ਆ ਗਏ ਜਾਂ ਫਸ ਗਏ ਉਹਨਾਂ ਨੇ ਜਿੰਨਾ ਵੀ ਪੁਰਾਣਾ ਰਿਕਾਰਡ ਕੱਢ ਕੇ ਸਾਰੀ ਪੈਨਲਟੀ ਪਾ ਦੇਣੀ ਆ ਜਿੰਨਾ ਵੀ ਤੁਹਾਨੂੰ ਪੁਰਾਣਾ ਤੁਹਾਡਾ ਬਕਾਇਆ ਉਸ ਦੇ ਉੱਤੇ 10% 20% ਹੋਰ ਪਾ ਕੇ ਤੁਹਾਨੂੰ ਉਹਨਾਂ ਨੇ ਪਸਾ ਲੈਣਾ ਸੋ ਹਰ ਇੱਕ ਬੰਦਾ ਦੋ ਤਰੀਕੇ ਦੇ ਨਾਲ ਚੱਲਦਾ ਇੱਕ ਬੰਦਾ ਝੂਠ ਤੇ ਚੱਲਦਾ ਇੱਕ ਬੰਦਾ ਸੱਚ ਤੇ ਚੱਲਦਾ ਜਿਹੜਾ ਸੱਚ ਤੇ ਚੱਲਦਾ ਉਹ ਕਾਮਯਾਬ ਹੌਲੀ-ਹੌਲੀ ਹੁੰਦੇ ਜਿਹੜਾ ਝੂਠ ਤੇ ਚੱਲਦਾ ਤੇ ਉਹ ਕਾਮਯਾਬ ਬਹੁਤ ਛੇਤੀ ਹੋ ਜਾਂਦਾ ਹੈ ਉਹ ਲੱਖਾਂ ਪੈਸਾ ਇੱਕਦਮ ਆ ਜਾਂਦਾ ਉਹਦੇ ਕੋਲ ਪਰ ਉਹਦੀ ਜਿਹੜੀ ਸੀੜੀ ਹੈ ਨਾ ਜਾਂ ਉਹਦੀ ਜਿਹੜੀ ਉਹ ਪੌੜੀ ਹੈ ਇਹ ਨਹੀਂ ਪਤਾ ਵੀ ਕਦੋਂ ਡਿੱਗ ਜਾਣੀ ਹੈ ਕਦੋਂ ਇਹ ਨਹੀਂ ਪਤਾ ਵੀ ਕਦੋਂ ਹਵਾ ਦਾ ਝੋਕਾ ਆਉਣਾ ਤੇ ਉਹਨੇ ਥੱਲੇ ਡਿੱਗ ਜਾਣਾ ਜਿਹੜੇ ਬੰਦੇ ਨੇ ਹੌਲੀ-ਹੌਲੀ ਪੈਰ ਰੱਖਣੇ ਆ ਤੇ ਉਹਨੂੰ ਪਤਾ ਹੈ ਵੀ ਮੈਂ ਆਪਦੀ ਮਿਹਨਤ ਦੇ ਨਾਲ ਉੱਪਰ ਆਇਆ ਤੇ ਉਹਨੂੰ ਡਿੱਗਣ ਲੱਗਿਆ ਤੇ ਵੀ ਬਹੁਤ ਵੱਡੇ ਬਾਂਬ ਰੋਲੇ ਦੀ ਜ਼ਰੂਰਤ ਹੈ ਮਦਲਨਕੀ ਜੀ ਹਵਾ ਦੇ ਝੋਕੇ ਦੇ ਨਾਲ ਨਹੀਂ ਡਿੱਗ ਸਕਦਾ ਏਸੀ ਕਰਕੇ ਸਿੱਧੇ ਰਾਵਾਂ ਤੇ ਤੁਰਨਾ ਬਹੁਤ ਜ਼ਰੂਰੀ ਹੈ ਆਪਦੇ ਜਿਹੜੇ ਦੋਸਤ ਮਿੱਤਰ ਹੈ ਜਿਹੜੇ ਬਣਾਏ ਆ ਉਹਨਾਂ ਦੇ ਨਾਲ ਹੀ ਤੁਸੀਂ ਜੇ ਕਿਸੇ ਨੂੰ ਬਣਾਉਨੇ ਆ ਤੇ ਉਹਦਾ ਐਂਡ ਤੱਕ ਸਾਥ ਦੋ ਨਹੀਂ ਤਾਂ ਫੇ ਤੁਹਾਨੂੰ ਕੋਈ ਬਣਾਉਣ ਦੀ ਜ਼ਰੂਰਤ ਨਹੀਂ ਹੈ ਹਰ ਇੱਕ ਬੰਦੇ ਨੂੰ ਇਕੱਲਾ ਇਹ ਨਹੀਂ ਵੀ ਮੈਂ ਹੀ ਇਹ ਚੀਜ਼ ਲਈ ਕਰਾਂ ਉਹ ਦੂਸਰੇ ਬੰਦੇ ਨੂੰ ਵੀ ਮੇਰੇ ਵਰਗੀ ਸੋਚ ਰੱਖਣੀ ਪੈਣੀ ਆ ਵੀ ਜੇ ਮੈਂ ਸੋਚਦਾ ਵੀ ਮੈਂ ਆਪਣੇ ਦੋਸਤ ਦਾ ਸਾਥ ਦੇਵਾਂ ਤੇ ਫਿਰ ਦੂਸਰੇ ਬੰਦੇ ਨੂੰ ਵੀ ਮੇਰਾ ਸਾਥ ਦੇਣਾ ਪੈਣਾ ਉਹਨੂੰ ਵੀ ਪਤਾ ਹੋਣਾ ਚਾਹੀਦਾ ਵੀ ਮੇਰੇ ਘਰੇ ਰੋਟੀ ਪੱਕੀ ਆ ਜਾਂ ਨਹੀਂ ਪੱਕੀ ਆ ਤੁਹਾਡੇ ਘਰੇ ਤੇ ਰੋਟੀ ਪੱਕ ਗਈ ਤੇ ਤੁਸੀਂ ਉਹਦਾ ਸੋਚਿਆ ਵੀ ਉਸ ਦੇ ਬੰਦੇ ਦੇ ਘਰੇ ਰੋਟੀ ਪੱਕੀ ਆ ਨਹੀਂ ਪੱਕੀ ਹਰ ਇੱਕ ਸਿਸਟਮ ਨੂੰ ਤੁਹਾਨੂੰ ਹਰ ਇੱਕ ਦੋਸਤ ਬਣਾਉਣ ਲਈ ਤਾਂ ਹੀ ਕਿਹਾ ਜਾਂਦਾ ਵੀ ਦੋਨੇ ਬੰਨੇ ਸੱਚ ਹੋਣਾ ਚਾਹੀਦਾ ਤਾਂ ਹੀ ਦੋਸਤ ਦੋ ਸਤ ਦੋਨੇ ਬੰਨੇ ਸਤ ਸੱਚ ਹੋਣਾ ਚਾਹੀਦਾ ਫਿਰ ਦੋਸਤ ਬੰਦੇ ਨਹੀਂ ਤਾਂ ਅੱਜ ਕੱਲ ਲੋਕ ਤੁਸੀਂ ਦੇਖਿਆ ਵੀ ਕਿੰਨੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਬੈਕਸਟੇਬ ਕਰਦੇ ਆ ਤੇ ਫਿਰ ਮਗਰੂ ਕਰ ਦੇਣਗੇ ਮੈਂ ਤਾਂ ਨਹੀਂ ਮਾਰਿਆ ਇਹ ਤਾਂ ਹਵਾ ਦੇ ਵਿੱਚ ਉੱਡ ਕੇ ਆ ਗਿਆ ਮਤਲਬ ਝੂਠ ਹੀ ਇਸ ਤਰੀਕੇ ਦੇ ਨਾਲ ਬੋਲੋਗੇ ਵੀ ਤੁਹਾਨੂੰ ਦੇਖਣ ਵਾਲੇ ਨੂੰ ਵੀ ਲੱਗਣਾ ਵੀ ਸੱਚੀ ਖਰੇ ਆਵਾਜ਼ ਉੱਡ ਕੇ ਆ ਗਿਆ ਮਤਲਬ ਜਿਹੜੀ ਲੋਕਾਂ ਦੀ ਅੱਜ ਕੱਲ ਨਿੰਦਿਆ ਚੁਗਲੀ ਕਰਨ ਦੀ ਆਦਤ ਹੈ ਉਹ ਜ਼ਿਆਦਾ ਦੂਰ ਨਹੀਂ ਲ ਜਾਂਦੀ ਸਾਡੀ ਗਰਬਾਣੀ ਦੇ ਵਿੱਚ ਲਿਖਿਆ ਹੋਇਆ ਪਹਿਲੀਆਂ ਚੀਜ਼ਾਂ ਸਾਨੂੰ ਹਦਾਇਤ ਇਸ ਚੀਜ਼ ਤੋਂ ਹੀ ਰੋਕਿਆ ਗਿਆ ਵੀ ਤੁਸੀਂ ਕਿਸੇ ਦੀ ਵਿਰੋਧਤਾ ਨਹੀਂ ਕਰਨੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਜੇ ਤੁਸੀਂ ਨਿੰਦਿਆ ਚੁਗਲੀ ਕਰਦੇ ਆ ਤੇ ਤੁਸੀਂ ਆਪ ਦੇ ਲਈ ਟੋਹਾ ਪਟਦੇ ਆ ਤੇ ਜਿਹੜੀ ਇਹ ਜ਼ਿੰਦਗੀ ਆ ਉਹ ਤੁਸੀਂ ਟੋਏ ਦੇ ਵਿੱਚ ਸਿੱਟ ਰਹੇ ਆਂ ਆਪਣੀ ਜ਼ਿੰਦਗੀ ਨੂੰ ਆਖਰ ਤੱਕ ਕਿਸੇ ਦਿਨ ਤੁਹਾਨੂੰ ਕੋਈ ਵੀ ਜਿਹੜਾ ਝੂਠ ਬੋਲਿਆ ਉਹਦਾ ਨਤੀਜਾ ਤਾਂ ਤੁਹਾਨੂੰ ਦਿਖਣਾ ਹੀ ਦਿਖਣਾ ਹੈ ਕਿਸੇ ਦਿਨ ਤਾਂ ਉਹ ਸੱਚ ਸਾਹਮਣੇ ਆਉਣਾ ਹੀ ਹੋਂ ਸੋ ਇਹ ਗੱਲਬਾਤ ਹੈ ਜੀ ਜ਼ਿੰਦਗੀ ਦੇ ਉੱਤੇ ਜਿੰਨਾ ਮਰਜੀ ਤੁਸੀਂ ਇਤਿਹਾਸ ਲਿਖ ਸਕਦੇ ਆ ਜਿੰਨੀਆਂ ਮਰਜੀ ਕਿਤਾਬਾਂ ਲਿਖ ਸਕਦੇ ਆ ਜ਼ਿੰਦਗੀ ਦੇ ਉੱਤੇ ਇਹ ਜਿਹੜੀ ਸਾਡੀ ਬਾਡੀ ਦੇ ਵਿੱਚ ਖੂਨ ਚੱਲਦਾ ਹੈ ਨਾ ਕਿੰਨੀ ਵਾਰ ਹਾਰਟ ਹੈ ਜਿਹੜਾ ਚੱਲੀ ਜਾਂਦਾ ਹੈ ਉਹ ਕਿੰਨਾ ਅਸੀਂ ਆਕਸੀਜਨ ਲੱਖ ਤੋਂ ਉੱਪਰ ਵਾਰ ਸਾਹ ਲੈਨੇ ਆ ਮਿਲੀਅਨਾਂ ਸਾਡੇ ਬਾਰੀ ਜਿਹੜਾ ਦਿਲ ਆ ਧੜਕਦਾ ਤੇ ਪਰ ਅਸੀਂ ਸੋਚਦੇ ਹਾਂ ਵੀ ਸਾਡੀ ਬਾਡੀ ਦੇ ਵਿੱਚ ਕੋਈ ਤਾਂ ਕੋਈ ਇਦਾਂ ਦੀ ਚੀਜ਼ ਹੈ ਰੱਬ ਆ ਸਾਡੀ ਬਾਡੀ ਚ ਵੱਸਦਾ ਤੇ ਅਸੀਂ ਰੱਬ ਨੂੰ ਹੀ ਝੂਠ ਬੋਲੀ ਜੰਨੇ ਜਾਨ ਤਾਂ ਉਸ ਰੱਬ ਨੂੰ ਦੇਣੀ ਆ ਨਾ ਤੇ ਫਿਰ ਕਿਉਂ ਨਹੀਂ ਅੱਜ ਤੋਂ ਹੀ ਅਸੀਂ ਚੰਗੇ ਰਾਵਾਂ ਤੇ ਤੁਰ ਪਈਏ ਜੇ ਹੁਣ ਦੁਕਾਨਦਾਰ ਆ ਦੁਕਾਨਦਾਰ ਕਰਵੇ ਵੀ ਬੰਦਾ ਮੇਰੀ ਦੁਕਾਨ ਤੇ ਆ ਜਾਵੇ ਕੋਈ ਆਵੇ ਨਾ ਆਵੇ ਨਾ ਇੱਕਾ ਜਵੇ ਦੁਕਾਨ ਤੇ ਕੋਈ ਗਾਖ ਕبھی ਹੁਣ ਮੈਂ ਇਹ ਜਿੰਨਾ ਮੇਰਾ ਘਾਟਾ ਪਿਆ ਸਾਰਾ ਕੁਝ ਮੈਂ ਇਹਦੇ ਤੋਂ ਹੀ ਲੁੱਟ ਲਵਾਂ ਤੇ ਕੀ ਉਹ ਰੱਬ ਦੇ ਮੋਹਰੇ ਜਾਨ ਦੇਣ ਲਈ ਕਾਬਲ ਹੋਊਗਾ ਰੱਬ ਦੇ ਮੋਹਰੇ ਉਹ ਜਾ ਸਕਦਾ ਹੈ ਕਹਿ ਸਕਦਾ ਰੱਬ ਨੂੰ ਵੀ ਰੱਬਾ ਮੈਂ ਤਾਂ ਕਿਸੇ ਨੂੰ ਲੁੱਟਿਆ ਨਹੀਂ ਰੱਬ ਕਹੂਗਾ ਜਿਹੜਾ ਬੰਦਾ ਭਲਾਮਾਨਸ ਮੈਂ ਬੰਦਾ ਭੇਜਿਆ ਤੇਰੇ ਕੋਲ ਉਹ ਨਹੀਂ ਤੂੰ ਲੁੱਟ ਲੈ ਆਪਦੇ ਹੱਕ ਦੀ ਕਮਾਈ ਖਾਣੀ ਚਾਹੀਦੀ ਹੈ ਇੱਕ ਉਹ ਮੈਂ ਵੀਡੀਓ ਦੇਖ ਰਿਹਾ ਸੀ ਕਿਸੇ ਮੁੰਡੇ ਨੇ ਬਣਾਈ ਸੀ ਉਹ ਕੁ ਲੈ ਡੀ ਪੈਸੇ ਉਹਦੇ ਡਿੱਗ ਜਾਂਦੇ ਆ ਦੁਕਾਨ ਤੇ ਆਉਂਦੀ ਆ ਪੈਸੇ ਉਹਦੇ ਡਿੱਗ ਜਾਂਦੇ ਆ ਤੇ ਜਦੋਂ ਪੈਸੇ ਡਿੱਗ ਜਾਂਦੇ ਹੁਣ ਉਹ ਜਿਹੜਾ ਸੇਲਸ ਪਰਸਨ ਆ ਉਹਨੇ ਦੇਖ ਲਿਆ ਵੀ ਪੈਸੇ ਦੇ ਡਿੱਗ ਗਏ ਹੁਣ ਉਹ ਦੋ ਚਿੱਤਾਂ ਹੋ ਗਿਆ ਵੀ ਮੈਂ ਇਹਨੂੰ ਆਵਾਜ਼ ਮਾਰਾਂ ਜਾਂ ਨਾ ਮਾਰਾਂ ਇਹਨੂੰ ਪੈਸੇ ਦਵਾਂ ਜਾਂ ਨਾ ਦਵਾਂ ਹੁਣ ਉਥੇ ਤੁਸੀਂ ਹੁੰਦੇ ਤੁਸੀਂ ਕੀ ਕਰਦੇ ਕਿਸੇ ਦਾ ਬਟੂਆ ਮਿਲ ਜਾਂਦਾ ਹੈ ਜਾਂ ਤੁਹਾਨੂੰ ਫੋਨ ਮਿਲ ਜਾਂਦਾ ਹੈ ਜੇ ਕਿਸੇ ਦੇ ਪੈਸੇ ਮਿਲ ਜਾਂਦੇ ਤੁਸੀਂ ਕੀ ਕਰਦੇ ਸੋ ਇਸ ਦਾ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ ਇੱਕ ਧਾਰਮਿਕ ਗੀਤ ਸੁਣਦੇ ਹਾਂ ਪਰ ਇਹ ਗੱਲ ਸੋਚਿਓ ਤੁਸੀਂ ਵੀ ਜੇ ਪੈਸੇ ਡਿੱਗੇ ਉੱਥੇ ਲੱਖ ਡਾਲਰ ਪਿਆ ਹੋਵੇ ਕਿਸੇ ਦਾ ਲੱਖ ਡਾਲਰ ਡਿੱਗ ਜਵੇ ਤੇ ਤੁਸੀਂ ਉਹ ਸੇਲਸ ਪਰਸਨ ਹੋਮੋ ਤੁਸੀਂ ਉਸ ਲੱਖ ਡਾਲਰ ਆਪਦੀ ਜੇਬੀ ਚ ਪਾਉਂਗੇ ਜਾਂ ਉਸ ਲੇਡੀ ਨੂੰ ਆਵਾਜ਼ ਮਾਰੂਗੇ ਉਹਨੂੰ ਦਊਂਗੇ ਇਹ ਤੁਹਾਡੇ ਉੱਤੇ ਆ ਤੁਹਾਡੇ ਉੱਤੇ ਸੈਟ ਦਾਂ ਮੈਂ ਆਣ ਕੇ ਆਪਾਂ ਬਾਅਦ ਚ ਗੱਲ ਕਰਦੇ ਆ ਇੱਕ ਸਤਵਿੰਦਰ ਬਿੱਟੀ ਜੀ ਦਾ ਤਰਮਕ ਗੀਤ ਗਾਇਆ ਹੋਇਆ ਉਹ ਸੁਣਦੇ ਆ ਕਿਉਂਕਿ ਤੁਹਾਨੂੰ ਪਤਾ ਵੀ ਸਾਡੇ ਸ਼ਹਿਰ ਦੇ ਵਿੱਚ ਬਸਾਖੀ ਮੇਲਾ ਹੋਣਾ ਕੱਲ ਨੂੰ ਉਸ ਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਸੋ ਆ ਸਾਰਾ ਪ੍ਰੋਗਰਾਮ ਆਪਾਂ ਇਸ ਬਸਾਖੀ ਮੇਲੇ ਬਾਰੇ ਗੱਲ ਕਰਾਂਗੇ ਨਾਲ ਦੀ ਨਾਲ ਚਿੱਤਰਕੋ ਸਾਡੇ ਪ੍ਰਾਈਟ ਟਰੱਕ ਸੇਲਸ ਡੈਲੈਸਟੋ ਆ ਐਗਜ਼ਿਟ 470 ਦੇ ਉੱਤੇ ਹਾਈਵੇ I20 ਦੇ ਉੱਤੇ ਸਾਡੇ ਪੌਲ ਭਾਜੀ ਕੋਈ ਵੀ ਤੁਸੀਂ ਨਵਾਂ ਪੁਰਾਣਾ ਟਰੱਕ ਲੈਣਾ ਹੈ ਜਾਂ ਯੂਸ ਟਰੱਕ ਜਾਂ ਲੀਸ ਤੇ ਟਰੱਕ ਲੈਣਾ ਹੈ ਤੇ ਜਾਣ ਲੈਣਾ ਟ੍ਰੇਲਰ ਤੁਸੀਂ ਪੌਲ ਭਾਜੀ ਨੂੰ ਫੋਨ ਕਰ ਸਕਦੇ 4698567474 ਕਈ ਚੀਜ਼ਾਂ ਮੈਂ ਕੱਲ ਸਿੱਖੀਆਂ ਭਾਜੀ ਉਹਨਾਂ ਤੋਂ ਵੀ ਜਿਹੜੇ ਫਿਊਲ ਕਾਰਡ ਆ ਉਹਨਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਦੇ ਕੋਲ ਡੀਲਸ ਹੈਗੇ ਆ ਜਿੰਨਾ ਤੁਸੀਂ ਉਸ ਫੂਲ ਕਾਰਡ ਨੂੰ ਲੈ ਸਕਦੇ ਆ ਆਪਾਂ ਮੰਡੇ ਇਸ ਚੀਜ਼ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਕੋਲ ਤੁਸੀਂ ਜਿੱਦਣ ਬਸਾਖੀ ਮੇਲਾ ਹੋਣਾ ਹੈ ਪ੍ਰਾਈਟਰਕਸ ਸੇਲਸ ਦੀਆਂ ਸਾਡੇ ਕੋਲ ਬਹੁਤ ਜ਼ਿਆਦਾ ਜਿਹੜੀਆਂ ਗਿਫਟਸ ਹੈਗੇ ਆ ਉਹ ਤੁਸੀਂ ਸਾਡੇ ਤੋਂ ਉਸ ਟੇਬਲ ਦੇ ਉੱਤੇ ਰੱਖੇ ਹੋਣੇ ਆ ਤੁਸੀਂ ਆਪਦਾ ਨਾਮ ਫੋਨ ਨੰਬਰ ਤੇ ਈਮੇਲ ਲਿਖ ਕੇ ਤੇ ਆਟੋਪੀ ਆ ਸਾਡੇ ਕੋਲ ਜਿਹੜੀ ਹੈਟਸ ਹੁੰਦੀਆਂ ਸਾਡੇ ਕੋਲ ਪੈਨ ਆ ਕੀ ਚੇਨ ਆ ਮਤਲਬ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਉਥੇ ਪਾਸ ਆਨ ਕਰਨੀਆਂ ਤੁਸੀਂ ਲੈ ਸਕਦੇ ਆ ਸਾਡੇ ਤੋਂ ਪਰ ਜੇ ਤੁਸੀਂ ਹੈਟ ਲੈਣੀ ਹੈ ਤੇ ਤੁਸੀਂ ਇਨਫੋਰਮੇਸ਼ਨ ਜ਼ਰੂਰ ਲਿਖ ਕੇ ਸਾਨੂੰ ਦਿਓ ਤੇ ਫੇਰ ਤੁਹਾਨੂੰ ਅਪ ਟੂ ਡੇਟ ਰੱਖਾਂਗੇ ਅਸੀਂ ਜਿਹੜੀ ਵੀ ਸਾਡੀ ਕੋਈ ਸੇਲਸ ਲੱਗਦੀ ਹੈ ਜਾਂ ਸਾਡੇ ਕੋਈ ਨਵੇਂ ਕੋਈ ਪਾਲਿਸੀ ਆਉਂਦੀ ਹੈ ਉਹ ਤੁਹਾਡੇ ਤੱਕ ਪ੍ਰਾਈਟ ਰਕ ਸੇਲਸ ਪਹੁੰਚਾਉਣਗੇ ਸੋ ਜ਼ਰੂਰ ਤੁਸੀਂ ਉਥੇ ਮਿਲ ਸਕਦੇ ਆ ਪੌਲ ਭਾਜੀ ਉਹਨਾਂ ਦੀ ਟੀਮ ਵੀ ਹੋਊਗੀ ਆਪਾਂ ਵੀ ਸਾਰੇ ਉਥੇ ਹੋਵਾਂਗੇ ਆਪਾਂ ਉਥੇ ਰੇਡੀਓ ਲਾਈਵ ਵੀ ਕਰਾਂਗੇ ਸੋ ਸਾਰਿਆਂ ਨੂੰ ਉਥੇ ਮਿਲਾਂਗੇ ਬਸਾਖੀ ਮਿਲ ਤੇ ਕੱਲ ਨੂੰ మే ఇటరనో సో ప్లానో ఈవెంట్ సెంటర్ ਦੇ ਵਿੱਚ ਨਾਲ ਦੀ ਨਾਲ ਚਿੱਤਰਕ ਬੰਬੇ ਸਵੀਟ ਐਂਡ ਸਨੈਕਸ ਸਾਡੇ ਵੀਰ సో 934 वेस्ट 에యిర్‌పోర్ట్ ਫ੍ਰੀਵੇ ਅਰਵਿੰਗ ਟੈਕਸਸ ਦੇ ਵਿੱਚ 75062 సో ਜਲਦੀ ਨਾਲ ਦੀ ਜਿਹੜੀ ਐਡ ਹੈ ਉਹ స్టార్ట్ ਹੋ ਜਾਣੀ ਆਪਣੇ ਰੇਡੀਓ ਪੰਜਾਬ ਦੇ ਉੱਤੇ సో ਤੁਸੀਂ ਸਾਰਾ ਦਿਨ ਐਡ ਸੁਣਿਆ ਕਰੋਗੇ ਆਈ ਥਿੰਕ ਮੰਡੇ ਜਾਂ ਟਿਊਜ਼ਡੇ ਤੋਂ స్టార్ట్ ਹੋ ਜਾਣੀ ਹੈ సో ਉਸ ਦੀ ਵੀ ਜਾਣਕਾਰੀ ਦਿੰਨੇ ਆ సో ਨਾਲ ਦੀ ਨਾਲ ਵੈਜ ਥਾਲੀ ਅ ਤੁਸੀਂ ਲੈ ਸਕਦੇ 999 ਦੀ ਸੋਨ ਨਾਲ ਦੀ ਨਾਲ ਨਾਨवेज ਥਾਲੀ ਉਹ 1199 ਦੀ ਜਾਂ ਤੁਸੀਂ ਕੋਈ ਵੀ ਸਵੀਟ ਲੈਣੀ ਆ ਕੋਈ ਗੁਲਾਬ ਜਾਮਨ ਜਾਂ ਤੁਸੀਂ ਜਲੇਬੀਆਂ ਲੱਡੂ ਪੇੜੇ ਜਾਂ ਤੁਸੀਂ ਕੋਈ ਸਮੋਸੇ ਲੈਣੇ ਜਾਂ ਪਕੌੜੇ ਲੈਣੇ ਤੁਸੀਂ ਜਾ ਕੇ ਬੰਬੇ ਸਵੀਟ ਐਂਡ ਸਨੈਕਸ ਤੇ ਜਾਓ ਤੇ ਜੇ ਕੇਟਰਿੰਗ ਕਰਨੀ ਚਾਹੁੰਦੇ ਹੋ ਤੇ ਤੁਸੀਂ ਭਾਜੀ ਉਹਨਾਂ ਨੂੰ ਕਾਲ ਕਰ ਸਕਦੇ ਜਾਂ ਕੋਈ ਮੈਰਿਜ ਆ ਜਾਂ ਬਰਥਡੇ ਪਾਰਟੀ ਜਾਂ ਗ੍ਰੈਜੂਏਸ਼ਨ ਹੈ ਕਾਲ ਕਰ ਸਕਦੇ 214 441 2125 ਜਾਂ 214649 5753 ਉਹਨਾਂ ਜੀ ਬਾਬਸਿਕ ਗੀਤ ਸੁਣਦੇ ਧਾਰਮਿਕ ਮੈਂ ਤੁਹਾਡਾ ਦੋਸ ਪ੍ਰਮਿੰਦਰ ਸਿੰਘ ਸੰਗੀਤਾ ਸਟੂਡੀਓ ਨੰਬਰ 214 2313 ਉਹਨਾਂ ਜੀ ਬਾਬਸਿਕ